26 ਤਰੀਕ ਨੂੰ ਇੱਕ ਮਰਡਰ ਹੋਈ ਸੀਗੇ ਦੋ ਜੇਲ੍ਹ ਦੇ ਵਿੱਚ, ਜਿਹਦੇ ਵਿੱਚ ਗੈਂਗਸਟਰਸ ਦੀ ਆਪਸ ਦੇ ਵਿੱਚ ਜਿਹੜੀ ਲੜਾਈ ਹੋਈ ਸੀਗੀ, ਜਿਹਦੇ 'ਚ ਦੋ ਬੈਰਕਸ ਦੇ ਜਿਹੜੇ ਗੈਂਗਸਟਰ ਸੀਗੇ, ਜਦੋਂ ਉਹਨਾਂ ਨੂੰ ਬਾਹਰ ਕੱਢਿਆ ਤਾਂ ਉੱਥੇ ਦੋ ਗਰੁੱਪਾਂ ਦੀ ਅਲੱਗ ਅਲੱਗ ਆਪਸ 'ਚ ਲੜਾਈ ਹੋਈ, ਜਿਹਦੇ 'ਚ ਦੋ ਦੀ ਡੈਥ ਹੋ ਗਈ ਔਰ ਇੱਕ ਜਿਹੜਾ ਸੀਗਾ ਉਹ ਸੀਰੀਅਸਲੀ ਇੰਜਰਡ ਹੋਇਆ। ਉਸੇ ਸੰਬੰਧ ਦੇ ਵਿੱਚ ਇੱਕ ਵੀਡੀਓ ਜਿਹੜੀ ਆ ਵਾਇਰਲ ਹੋਈ ਸੀਗੀ, ਜਿਹੜੀ ਕਿ ਉਸੇ ਦਿਨ ਦੀ ਬਣੀ ਹੋਈ ਸੀਗੀ, ਜਿਹੜੀ ਅੱਜ ਅਲੱਗ ਅਲੱਗ ਜਿਹੜੇ ਆ ਸੋਰਸਿਸ ਦੇ ਉੱਤੇ ਇਹ ਵਾਇਰਲ ਹੋਈ ਹੋਈ ਹੈ। ਸੋ ਇਸ ਸੰਬੰਧ ਦੇ ਵਿੱਚ ਪੰਜਾਬ ਗਵਰਨਮੈਂਟ ਦੀਆਂ ਬੜੀਆਂ ਸਖ਼ਤ ਹਦਾਇਤਾਂ ਹੈ ਮਾਨਯੋਗ ਸੀ ਐਮ ਸਾਹਿਬ ਦੀਆਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਕਨਾਈਮੈਂਸ, ਕੋਈ ਨੈਗਲੀਜੈਂਸ ਓਫੀਸ਼ੀਅਲਸ ਦੀ ਟੋਇਲਟ ਨਹੀਂ ਕੀਤੀ ਜਾਊਗੀ। ਤੇ ਇਹ ਜਿਹੜਾ ਕੇਸ ਸੀਗਾ ਇਹਦੇ ਵਿੱਚ ਅੱਜ ਫਰੈਸ਼ ਐਫ ਆਈ ਆਰ ਜਿਹੜੀ ਆ ਦਰਜ ਕੀਤੀ ਗਈ ਆ, ਜਿਹਦੇ ਵਿੱਚ 66 ਆਈ ਟੀ ਐਕਟ, 506 ਆਈ ਪੀ ਸੀ, 149 ਆਈ ਪੀ ਸੀ, ਇਹ ਸੈਕਸ਼ਨ ਜਿਹੜੇ ਆ ਲਗਾਏ ਗਏ ਆ ਤੇ ਸੱਤ ਜਿਹੜੇ ਜੇਲ੍ਹ ਦੇ ਅਫੀਸ਼ਰ ਆ, ਸੱਤ ਜੇਲ੍ਹ ਅਫੀਸ਼ਰ ਨੂੰ ਇਹਦੇ ਵਿੱਚ ਮੁਅੱਤਲ ਕੀਤਾ ਗਿਆ ਵਾ, ਜਿਹਦੇ ਵਿੱਚ ਜਿਹਨਾਂ ਦੇ ਮੈਂ ਨਾਮ ਦੱਸਣਾ ਚਾਹੂੰਗਾ, ਜਿਹਦੇ ਵਿੱਚ ਇੱਕ ਇਕਬਾਲ ਸਿੰਘ ਬਰਾੜ ਜਿਹੜੇ ਸੁਪਰਡੈਂਟ ਕੇਂਦਰੀ ਜੇਲ੍ਹ ਆ, ਇਹਨਾਂ ਨੂੰ ਮੁਅੱਤਲ ਕੀਤਾ ਗਿਆ। ਵਿਜੇ ਕੁਮਾਰ ਅਡੀਸ਼ਨਲ ਸੁਪਰਡੈਂਟ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ, ਜਸਪਾਲ ਸਿੰਘ ਖਹਿਰਾ ਅਡੀਸ਼ਨਲ ਸੁਪਰਡੈਂਟ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ, ਤਿੰਨ ਜਿਹੜੇ ਨੇ ਉਹ ਏ ਐਸ ਆਈ ਦੇ ਹੈੱਡ ਕਾਂਸਟੇਬਲ ਨੇ, ਇੱਕ ਏ ਐਸ ਆਈ ਹਰਚੰਦ ਸਿੰਘ, ਏ ਐਸ ਆਈ ਜੋਗਿੰਦਰ ਸਿੰਘ, ਹੈੱਡ ਕਾਂਸਟੇਬਲ ਸੁਰਿੰਦਰ ਸਿੰਘ, ਇਹਨਾਂ ਦੇ ਨਾਲ ਹੀ ਹਰੀਸ਼ ਕੁਮਾਰ ਜਿਹੜੇ ਕਿ ਸਹਾਇਕ ਸੁਪਰਡੈਂਟ ਤੇ ਉਸ ਅਹਾਤੇ ਦੇ ਇੰਚਾਰਜ ਸੀ, ਉਹਨਾਂ ਨੂੰ ਵੀ ਮੁਅੱਤਲ ਕੀਤਾ ਗਿਆ। ਮੁਅੱਤਲੀ ਦੇ ਨਾਲ ਨਾਲ ਬਹੁਤ ਸਖ਼ਤ ਇਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਗਈ ਹੈ ਕਿ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਹੈ ਜਿਹੜੀ ਉਹ ਗੈਂਗਸਟਰਸ ਦੇ ਖਿਲਾਫ਼ ਜਿਹਦੇ ਵਿੱਚ ਵੀਡੀਓ ਵਾਇਰਲ ਹੋਈ ਆ, ਉਹਦੇ 'ਚ ਵੀ ਇਹਨਾਂ ਨੂੰ ਨੋਮੀਨੇਟ ਕੀਤਾ ਗਿਆ ਜੇਲ੍ਹ ਦੇ ਅਫੀਸ਼ਰਸ ਨੂੰ। ਪੰਜ ਜਿਹੜੇ ਜੇਲ੍ਹ ਅਫੀਸ਼ਰਸ ਆ ਹੁਣ ਤੱਕ ਗ੍ਰਿਫਤਾਰ ਹੋ ਚੁੱਕੇ ਆ, ਜਿਹਦੇ ਵਿੱਚ ਇਕਬਾਲ ਸਿੰਘ ਬਰਾੜ ਸੁਪਰਡੈਂਟ ਸ੍ਰੀ ਗੋਇੰਦਵਾਲ ਸਾਹਿਬ ਜੇਲ੍ਹ ਦੇ, ਵਿਜੇ ਕੁਮਾਰ ਅਡੀਸ਼ਨਲ ਸੁਪਰਡੈਂਟ ਸ੍ਰੀ ਗੋਇੰਦਵਾਲ ਸਾਹਿਬ ਜੇਲ੍ਹ, ਹਰੀਸ਼ ਕੁਮਾਰ ਅਸਿਸਟੈਂਟ ਸੁਪਰਡੈਂਟ ਸ੍ਰੀ ਗੋਇੰਦਵਾਲ ਸਾਹਿਬ ਜੇਲ੍ਹ, ਤੇ ਏ ਐਸ ਆਈ ਜੋਗਿੰਦਰ ਸਿੰਘ ਤੇ ਏ ਐਸ ਆਈ ਹਰਚੰਦ ਸਿੰਘ, ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹਰੀਸ਼ ਕੁਮਾਰ ਜਿਹੜੇ ਅਸਿਸਟੈਂਟ ਸੁਪਰਡੈਂਟ ਗੋਇੰਦਵਾਲ ਸਾਹਿਬ ਜੇਲ੍ਹ ਆ, ਇਹ ਉਸ ਵਾਰਡ ਦੇ ਉਸ ਏਰੀਏ ਦੇ ਇੰਚਾਰਜ ਸੀ, ਤੇ ਜਿਹੜੇ ਦੋ ਏ ਐਸ ਆਈ ਨੂੰ ਅਰੈਸਟ ਕੀਤਾ ਗਿਆ ਹੈ, ਇਹ ਦੋ ਏ ਐਸ ਆਈ ਜਿਹੜੇ ਮੌਕੇ ਤੇ ਆਪਾਂ ਵੀਡੀਓ ਦੇਖਦੇ ਹਾਂ ਜਿਨ੍ਹਾਂ ਨੇ ਪ੍ਰੋਪਰ ਐਕਸ਼ਨ ਨਹੀਂ ਲਿਆ, ਇਹ ਉਹ ਦੋ ਏ ਐਸ ਆਈ ਆ। ਸੋ ਇਹ ਫੀਚਰ ਜਿਹੜੇ ਆ ਇਹਨਾਂ ਦਾ ਮੇਨ ਹੈਗਾ ਹੈ ਕਿ ਇਹਨਾਂ ਦੀ ਇੱਕ ਤਾਂ ਨੈਗਲੀਜੈਂਸ ਕਿ ਮੋਬਾਈਲ ਜੇਲ੍ਹ ਦੇ ਅੰਦਰ ਕਿੱਦਾਂ ਗਿਆ, ਮੋਬਾਈਲ ਯੂਜ਼ ਕਿੱਦਾਂ ਹੋਇਆ, ਕਿਉਂਕਿ ਇਹ ਜਿਹੜਾ ਏਰੀਆ ਵਾ ਇੱਥੇ ਤਿੰਨ ਹਾਈ ਸਿਕਿਉਰਿਟੀ ਜ਼ੋਨਸ ਬਣੀਆਂ ਹੋਈਆਂ, ਜ਼ੋਨ 1, 2 ਤੇ 3। ਜਿਹੜਾ ਇੰਸੀਡੈਂਟ ਹੋਇਆ ਸੀਗਾ ਉਹਦੇ ਵਿੱਚ ਜ਼ੋਨ 1 ਤੇ ਜ਼ੋਨ 2 ਦੇ ਵਿੱਚ ਜਿਹੜੇ ਗੈਂਗਸਟਰ ਸੀਗੇ, ਜਦੋਂ ਉਹਨਾਂ ਨੂੰ ਖੋਲਿਆ ਗਿਆ, ਜ਼ੋਨ 1 ਦੇ ਜਿਹੜੇ ਸੀਗੇ ਉਹਨਾਂ ਨੇ ਅਟੈਕ ਕੀਤਾ ਜ਼ੋਨ 2 ਤੇ, ਪਰ ਜ਼ੋਨ 2 ਦੇ ਵਿੱਚ ਕਿਉਂਕਿ ਜ਼ਿਆਦਾ ਉਹਨਾਂ ਦੀ ਜਿਹੜੀ ਆ ਮਾਤਰਾ ਜ਼ਿਆਦਾ ਸੀਗੀ, ਓਵਰ ਪਾਵਰ ਕਰ ਲਿਆ, ਜਿਹਦੇ ਵਿੱਚ 2 ਦੀ ਡੈਥ ਹੋ ਗਈ ਔਰ 1 ਇੰਜਰਡ ਹੋ ਗਿਆ। ਸੋ ਇਹ ਜੇਲ੍ਹ ਅਫੀਸ਼ਲਸ ਤੇ ਗੈਂਗਸਟਰਸ, ਇਹਨਾਂ ਨੂੰ ਜੇਲ੍ਹ ਅਫੀਸ਼ਲਸ ਨੂੰ ਮੇਨਲੀ ਨੈਗਲੀਜੈਂਸ ਤੇ ਕ੍ਰਾਈਮਸ ਵਾਸਤੇ ਮੁਅੱਤਲ ਕੀਤਾ ਗਿਆ ਵਾ, ਅਰੈਸਟ ਕੀਤਾ ਗਿਆ ਵਾ, ਔਰ ਇੱਕ ਤਰ੍ਹਾਂ ਦਾ ਇਹ ਸੰਕੇਤ ਆ ਕਿ ਕਿਸੇ ਵੀ ਜੇਲ੍ਹ ਦੇ ਵਿੱਚ, ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਨੈਗਲੀਜੈਂਸ ਜਿਹੜੀ ਆ ਬਿਲਕੁਲ ਟੋਲਰੇਟ ਨਹੀਂ ਕੀਤੀ ਜਾਊਗੀ। ਜਿੱਥੇ ਵੀ ਇੱਦਾਂ ਦੀ ਨੈਗਲੀਜੈਂਸ ਪਾਈ ਜਾਊਗੀ ਇਸੇ ਤਰ੍ਹਾਂ ਹੀ ਸਖ਼ਤ ਐਕਸ਼ਨ ਜਿਹੜਾ ਉਹ ਲਿਆ ਜਾਏਗਾ, ਔਰ ਇਹਦੇ ਵਿੱਚ ਵੀ ਸਖ਼ਤ ਤੋਂ ਸਖ਼ਤ ਐਕਸ਼ਨ ਜਿਹੜਾ ਵਾ ਉਹ ਪੰਜਾਬ ਸਰਕਾਰ ਵੱਲੋਂ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਸਖ਼ਤ ਐਕਸ਼ਨ ਲਿਆ ਗਿਆ। ਇਸ ਇੱਕ ਇੰਸੀਡੈਂਟ ਹੁਆ ਥਾ ਗੋਇੰਦਵਾਲ, ਸ੍ਰੀ ਗੋਇੰਦਵਾਲ ਸਾਹਿਬ ਜੇਲ੍ਹ ਮੇਂ, ਜੋ ਕਿ 26 ਜਨਵਰੀ ਕੋ ਹੁਆ ਥਾ, ਜਿਸਮੇ ਦੋ ਗੈਂਗਸਟਰਸ ਕੇ ਜੋ ਗਰੁੱਪਸ ਥੇ, ਜੋ ਜ਼ੋਨ ਹਾਈ ਸਿਕਿਉਰਿਟੀ ਜ਼ੋਨ ਮੇਂ ਬੰਦ ਥੇ, ਜ਼ੋਨ 1 ਔਰ ਜ਼ੋਨ 2 ਮੇਂ, ਉਨਕੋ ਜਬ ਖੋਲਾ ਗਿਆ, ਜਬ ਕੁਛ ਟਾਈਮ ਕੇ ਲੀਏ 3 ਵਜੇ ਕੇ ਆਸ ਪਾਸ, ਤੋ ਆਪਸ ਮੇਂ ਇਨਕੀ ਬਹੁਤ ਬੁਰੀ ਤਰ੍ਹਾਂ ਸੇ ਲੜਾਈ ਹੋਈ, ਜਿਸਮੇ ਦੋ ਗੈਂਗਸਟਰਸ ਕੀ ਡੈਥ ਹੋਈ, ਇੱਕ ਗੈਂਗਸਟਰ ਜੋ ਥਾ ਵੋ ਸੀਰੀਅਸਲੀ ਇੰਜਰਡ ਹੁਆ।
इस मसले पे आज एक वीडियो वायरल हुई थी जिसमें कुछ जो गैंगस्टर थे वो दिखाई दिए जिन्होंने डबल मर्डर्स के बारे में बातचीत की, तो रिस्पांसिबिलिटी ली थी। तो इसमें पंजाब गवर्नमेंट ने सीएम साहब, जो पंजाब के सीएम साहब ने बहुत इसको स्ट्रिक्टली लिया, सख्त उनकी हिदायतें थी कि इसमें कड़ी से कड़ी जो सख्त से सख्त कार्रवाई वो की जाए। इस केस में अभी तक 7 जेल ऑफिसर जो है उनको सस्पेंड किया गया है, जिसमें इकबाल सिंह बराड़ जो सुपरिटेंडेंट श्री गोविंदवाल साहब जेल है, श्री विजय कुमार एडिशनल सुपरिटेंडेंट केंद्रीय जेल श्री गोविंदवाल साहब, जसपाल सिंह खैरा एडिशनल सुपरिटेंडेंट केंद्रीय जेल श्री गोविंदवाल साहब, एएसआई हरचंद सिंह, एएसआई जोगिंदर सिंह, हेड कांस्टेबल सुरेंद्र सिंह, और जो इस एरिया के इंचार्ज थे जो हरीश कुमार सहायक सुपरिटेंडेंट सेंट्रल जेल, इन 7 लोगों को सस्पेंड किया गया है। एक एफआईआर इसमें रजिस्टर की गई है, जिस एफआईआर में 66 आईटी एक्ट 149 आईपीसी 506 आईपीसी, जिसमें जो गैंगस्टर्स दिखाई दे रहे हैं उनके खिलाफ एफआईआर दर्ज की गई है, और जो जेल ऑफिशियल्स हैं इनके खिलाफ भी एफआईआर दर्ज की गई है। इस केस में अब तक 5 जेल ऑफिशियल जो है उनको अरेस्ट किया गया है, जिसमें इकबाल सिंह बराड़ जो सुपरिटेंडेंट सेंट्रल जेल है, जो विजय कुमार जो के एडिशनल सुपरिटेंडेंट हैं, हरीश कुमार जो असिस्टेंट सुपरिटेंडेंट हैं, और एएसए जोगिंदर सिंह और एएसए हरचंद सिंह जिनकी वहां पे ड्यूटी थी उस टाइम। तो 5 ऑफिशियल्स को अरेस्ट किया गया है, 7 ऑफिशियल्स को इसमें सस्पेंड किया गया है। इसके अलावा जो गैंगस्टर्स दिखाई दे रहे हैं उनके खिलाफ भी एफआईआर दर्ज की गई है, और उनको जल्दी ही प्रोडक्शन वारंट पे लेके आया जाएगा इस केस में। सर, ये जिहड़े गैंगस्टर ने जिहड़े वीडियो च दिख रहे हैं उन इन्हां नूं दूजी जेल च शिफ्ट कर दिता है? इन्हां नूं काफी, क्योंकि इहदे विच जिहड़े 2 ग्रुप सीगे, इक लॉरेंस बिश्नोई ग्रुप दे गैंगस्टर सीगे, इक जगू भगवानपुरिया ग्रुप दे गैंगस्टर सीगे, अंदेशा सीगा कि फर्दर वी इहनां दी कोई स्कफल आपस दे विच हो सकदी है, क्योंकि कुछ डिफरेंसिस इहनां दे विच सीगे। उहदे मद्देनजर इहनां नूं ਜਿਹੜੀਆਂ ਅਲੱਗ ਅਲੱਗ ਜੇਲਸ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ, ਇਹਨਾਂ ਨੂੰ ਅਲੱਗ ਕਰ ਦਿੱਤਾ ਗਿਆ ਉੱਥੋਂ, ਅਲੱਗ ਅਲੱਗ ਕਿਸੇ ਨੂੰ ਪਟਿਆਲਾ, ਹੁਸ਼ਿਆਰਪੁਰ ਔਰ ਬਠਿੰਡਾ ਵਗੈਰਾ, ਇਹਨਾਂ ਜੇਲਸ ਦੇ ਵਿੱਚ ਇਹਨਾਂ ਨੂੰ ਸ਼ਿਫਟ ਕੀਤਾ ਗਿਆ। ਪਰ ਅਗਰ ਇਹਨਾਂ ਗੈਂਗਸਟਰਸ ਨੂੰ ਸਰ ਪਹਿਲੇ ਹੀ ਸ਼ਿਫਟ ਕਰ ਦਿੱਤਾ ਜਾਂਦਾ, ਪਹਿਲੇ ਅਲੱਗ ਅਲੱਗ ਜੇਲ ਦੇ ਵਿੱਚ ਰੱਖਿਆ ਜਾਂਦਾ, ਅਗਰ ਇਸ ਤਰੀਕੇ ਦੀ ਇਨਪੁਟ ਸੀਗੀ ਕਿ ਇਹਨਾਂ ਦੇ ਵਿੱਚ ਡਿਫਰੈਂਸਿਸ ਨੇ, ਤਾਂ ਸ਼ਾਇਦ ਇਹ ਇਨਸੀਡੈਂਟ, ਕਿਉਂਕਿ ਇੱਕੋ ਹੀ ਕੇਸ ਦੇ ਵਿੱਚ ਸਾਰੇ ਇਨਵੋਲਵ ਸੀਗੇ, ਜਿਹੜਾ ਇੱਕ ਸੈਂਸੇਸ਼ਨਲ ਮਰਡਰ ਕੇਸ ਸੀਗਾ ਉਸ ਕੇਸ ਦੇ ਵਿੱਚ ਇਨਵੋਲਵ ਸੀਗੇ। ਸੋ ਹੁਣ ਤੱਕ ਤਾਂ ਇਹ ਆਪਸ ਦੇ ਵਿੱਚ ਇਹਨਾਂ ਦੀ ਕੋਲੈਬੋਰੇਸ਼ਨ ਸੀਗੀ, ਆਪਸ 'ਚ ਕੰਪਲੀਸੀ ਸੀਗੇ ਇੱਕ ਦੂਜੇ ਦੇ। ਸੋ ਇਸ ਤਰ੍ਹਾਂ ਦੇ ਇਨਪੁੱਟਸ ਬਹੁਤ ਜ਼ਿਆਦਾ, ਮਤਲਬ ਉਹਦੇ ਵਿੱਚ ਕੋਈ ਸਰਟਨ ਇਨਪੁੱਟਸ ਇਹੋ ਜਿਹੇ ਨਹੀਂ ਸੀਗੇ, ਪਰ ਜਦੋਂ ਇਹ ਹੁਣ ਲੜਾਈ ਹੋਈ ਹੈ ਜਿਹੜੀ ਇਹ ਗੈਂਗ ਵਾਰ ਹੋਈ ਹੈ ਜੇਲ੍ਹ ਦੇ ਅੰਦਰ, ਉੱਥੋਂ ਇਹ ਜ਼ਿਆਦਾ ਪਤਾ ਲੱਗਿਆ। ਸੋ ਉਸ ਤੋਂ ਬਾਅਦ ਹੀ ਇਹ ਫਰਦਰ ਐਂਟੀਸਪੇਟ ਕੀਤਾ ਗਿਆ ਕਿ ਅੱਗੇ ਤੋਂ ਵੀ ਇੱਦਾਂ ਦੀ ਕੋਈ ਖਦਸ਼ਾ ਹੈਗਾ ਹੈ, ਉਹਦੇ ਮੱਦੇਨਜ਼ਰ ਇਹਨਾਂ ਨੂੰ ਸ਼ਿਫਟ ਕੀਤਾ ਗਿਆ। ਇਸ ਤੋਂ ਪਹਿਲਾਂ ਤਾਂ ਇਹ ਸਾਰੇ ਇੱਕੋ ਹੀ ਕੇਸ ਦੇ ਵਿੱਚ ਇਨਵੋਲਵ ਸੀਗੇ, ਔਰ ਉਸ ਕੇਸ ਦੇ ਵਿੱਚ ਹਰ ਇੱਕ ਦਾ ਰੋਲ ਆ, ਅਲੱਗ ਅਲੱਗ ਰੋਲ ਆ ਉਸ ਕੇਸ ਦੇ ਵਿੱਚ। ਜਿਹੜੇ 2 ਮਰੇ ਆ ਉਹਨਾਂ ਦਾ ਵੀ ਰੋਲ ਆ, ਜਿਹੜੇ 7 ਜਿਹੜੇ ਨੋਮੀਨੇਟ ਹੋਏ ਐਫ ਆਈ ਆਰ ਦੇ ਵਿੱਚ 302 ਦੇ ਵਿੱਚ, ਸਾਰੇ ਇੱਕੋ ਕੇਸ ਦੇ ਵਿੱਚ ਕਰਾਈਆਂ ਸਾਰ, ਕਿਸੇ ਨੇ ਲੋਜਿਸਟਿਕ ਪ੍ਰੋਵਾਈਡ ਕੀਤੇ ਆ, ਕਾਫੀ ਸਾਰੇ ਇਹਦੇ ਵਿੱਚ ਉਸ ਕੇਸ ਦੇ ਵਿੱਚ ਸ਼ੂਟਰ ਵੀ ਆ। ਸੋ ਉਸ ਤੋਂ ਬਾਅਦ ਜਦੋਂ ਇਹ ਲੜਾਈ ਹੋਈ ਜੇਲ੍ਹ ਦੇ ਵਿੱਚ, ਉਸ ਤੋਂ ਬਾਅਦ ਹੀ ਜ਼ਿਆਦਾ ਇਹ ਚੀਜ਼ ਸਾਹਮਣੇ ਆਈ ਕਿ ਇਹਨਾਂ ਦੇ ਆਪਸ ਦੇ ਵਿੱਚ ਕਈ ਗੱਲਾਂ ਨੂੰ ਲੈ ਕੇ ਡਿਫਰੈਂਸ ਨੇ। ਸਰ, ਸਭ ਤੋਂ ਵੱਡਾ ਸਵਾਲ ਹੈਗਾ ਕਿ ਮੋਬਾਈਲ ਦੇ ਵਿਚਕਾਰ ਉਹ ਵੀਡੀਓ ਬਣਾਉਂਦੇ, ਜਸ਼ਨ ਮਨਾਉਂਦੇ ਨੇ, ਹਾਈ ਟੈਕ, ਮਤਲਬ ਜੇਲ੍ਹ ਦੇ ਵਿਚਕਾਰ ਹੀ ਫੋਨ ਕੀ ਦਾ ਰੀਜ਼ਨ ਹੈ? ਤਦੇ ਤਾਂ ਇੰਨਾ ਸਖਤ ਐਕਸ਼ਨ ਲਿਆ ਗਿਆ ਕਿ 7 ਜਿਹੜੇ ਕਰਮਚਾਰੀ ਆ ਉਹਨਾਂ ਨੂੰ ਮੁਅੱਤਲ ਕੀਤਾ ਗਿਆ, ਉਹਨਾਂ ਨੂੰ ਐਫ ਆਈ ਆਰ ਦੇ ਵਿੱਚ ਨੋਮੀਨੇਟ ਕੀਤਾ ਗਿਆ ਹੈ। ਸੋ ਸਭ ਤੋਂ ਸਖਤ ਐਕਸ਼ਨ ਜੇ ਕਿਸੇ ਕੇਸ ਦੇ ਵਿੱਚ ਹੋ ਸਕਦਾ ਹੈ, ਮੁਅੱਤਲੀ ਕਰਕੇ ਕੇਸ ਦੇ ਵਿੱਚ ਕਨਾਈਮੈਂਸ ਐਂਡ ਰਿਲੀਜੈਂਸ ਦਾ ਉਹਨਾਂ ਨੂੰ ਅਸਟੈਬਲਿਸ਼ ਕਰਕੇ ਅਰੈਸਟ ਕਰਨਾ। ਸੋ ਇਹ ਇੱਕ ਤਰ੍ਹਾਂ ਦਾ ਲੈਸਨ ਆ ਫਿਊਚਰ ਵਾਸਤੇ ਵੀ ਕਿ ਕਿਤੇ ਵੀ ਜੇ ਇੱਦਾਂ ਦਾ ਇੰਸੀਡੈਂਟ ਹੋਏਗਾ, ਇਹਨੂੰ ਟੋਲਰੇਬਲ ਇੰਸੀਡੈਂਟ ਆ। ਸੁਬਹਾ ਤੋਂ ਹੀ ਸੀਐਮ ਸਾਹਿਬ ਖੁਦ ਇਹਨੂੰ ਮੋਨੀਟਰ ਕਰ ਰਹੇ ਸੀਗੇ,
ਉਹਨਾਂ ਦੀਆਂ ਹਦਾਇਤਾਂ ਤੇ ਕਿ ਇਹ ਜਿਹਾ ਕੋਈ ਵੀ ਕੇਸ ਸਟੇਟ ਦੇ ਵਿੱਚ ਕਿਤੇ ਵੀ ਚਾਹੇ ਕਿਤੇ ਵੀ ਹੋਵੇ ਇਹੋ ਜਿਹਾ ਕੇਸ ਟਾਰਗੇਟ ਬਿਲਕੁਲ ਨਹੀਂ ਕੀਤਾ ਜਾ ਸਰ ਪਤਾ ਲੱਗਿਆ ਇਹਦਾ ਮੋਬਾਈਲ ਕਿੱਥੋਂ ਆਇਆ ਤੇ ਉਹਦੇ ਵਿੱਚ ਸਿਮ ਵਗੈਰਾ ਜਿਹੜਾ ਨੈਟ ਚੱਲਦਾ ਸੀ ਉਹਦੇ ਮੌਕੇ ਤੇ ਕੁਝ ਮੋਬਾਈਲ ਜਿਹੜੇ ਤੇ ਮਿਲੇ ਸੀਗੇ ਕਿਉਂਕਿ ਵੀਡੀਓ ਉਸੇ ਟਾਈਮ ਦੀ ਬਣੀ ਹੈ ਜਦੋਂ ਇੰਸੀਡੈਂਟ ਹੋਇਆ ਤੁਰੰਤ ਇਹ ਵੀਡੀਓ ਬਣੀਆਂ ਉਸ ਤੋਂ ਬਾਅਦ ਉਹਨਾਂ ਨੇ ਉਹ ਵੀਡੀਓ ਕਿਸ ਤਰੀਕੇ ਦੇ ਨਾਲ ਅੱਗੇ ਫਰਦਰ ਗਈ ਔਰ ਜਿਹੜੀ ਹੁਣ ਜਦੋਂ ਇਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਜਾਏਗਾ ਉਹਦੇ ਵਿੱਚ ਕਿਹੜੇ ਮੋਬਾਈਲ ਯੂਜ਼ ਹੋਇਆ ਸੀਗਾ ਜਾਂ ਕੁਛ ਮੋਬਾਈਲ ਆਲਰੇਡੀ ਕਸਟਡੀ ਦੇ ਵਿੱਚ ਲੈ ਲਏ ਗਏ ਸੀਗੇ ਤੁਰੰਤ ਪਰ ਕਿਉਂਕਿ ਵੀਡੀਓ ਜਿਹੜੀ ਆ ਲਾਈਵ ਬਣਾ ਕੇ ਉਸੇ ਵੇਲੇ ਸਰਕੂਲੇਟ ਕਰ ਦਿੱਤੀ ਗਈ ਸੀ ਸਰ ਜੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਆ ਜਾਣਗੀਆਂ ਸਰ ਜੇਲਸ ਮੇ ਜੈਮਰਸ ਨਹੀਂ ਥੇ ਕਿਆ ਔਰ ਜੇ ਸਕੀਮ ਵੀ ਥੀ ਜੈਮਰਸ ਲਗਾਣੇ ਕੀ ਕਿਆ ਉਹ ਇੱਕ ਅਲੱਗ ਇਸ਼ੂ ਹੈ ਜੈਮਰਸ ਕਈ ਵਾਰ ਇਤਨੇ ਸਕਸੈਸਫੁਲ ਨਹੀਂ ਹੋ ਪਾ ਰਹੇ ਸੋ ਉਹ ਇੱਕ ਸਟੱਡੀ ਚੱਲ ਰਹੀ ਹੈ ਕਈ ਜਗ੍ਹਾ ਤੇ ਹਮਨੇ ਵੀ ਹੈ ਟ੍ਰਾਈ ਕੇ ਵੀ ਜੈਮਰਸ ਲਗਾਏ ਜਾਏ ਲੇਕਿਨ ਉਹ ਕਿਉਂਕਿ ਟੈਕਨੋਲੋਜੀ ਚੇਂਜ ਹੋਤੀ ਰਹਤੀ ਹੈ ਓਵਰ ਪੀਰੀਅਡ ਆਫ ਟਾਈਮ 3G ਸੇ 4G ਹੋ ਗਈ ਔਰ 4G ਸੇ 5G ਹੋ ਗਈ ਤੋ ਟੈਕਨੋਲੋਜੀ ਕੀ ਵਜ੍ਹਾ ਸੇ ਕਈ ਵਾਰ ਜੈਮਰਸ ਇਤਨੇ ਸਕਸੈਸਫੁਲ ਨਹੀਂ ਹੋ ਪਾ ਰਹੇ ਸਰ ਸਰ ਇੱਕ ਤਰ੍ਹਾਂ ਉਸ ਦੇ ਪਹਿਲਾਂ 2-3 ਦਿਨ ਪਹਿਲਾਂ ਵੀ ਇਹਨਾਂ ਦਾ ਆਪਸੀ ਝਗੜਾ ਹੋਇਆ ਸੀਗਾ ਜਿਹੜੀ ਜਾਣਕਾਰੀ ਆਈ ਹੈ ਕਿ ਦੂਜੇ ਗਰੁੱਪ ਦੇ ਜਿਹੜੇ ਕਿਉਂਕਿ ਜੱਗੂ ਤੇ ਲਾਰੈਂਸ ਵੀ ਅੱਜ ਕੱਲ੍ਹ ਨਹੀਂ ਚੱਲਦੇ ਪਹਿਲਾਂ ਵੀ ਇਹਨਾਂ ਦੀ 2-3 ਦਿਨ ਪਹਿਲਾਂ ਵੀ ਆਪਸ 'ਚ ਮਨਭੇਦ ਭਾਵ ਨਾਲ ਲੜਾਈ ਹੋਈ ਸੀ ਤਾਂ ਬੀਚ ਬਚਾਵ ਹੋ ਗਿਆ ਸੀਗਾ ਲੇਕਿਨ ਉਸ ਤੋਂ ਬਾਅਦ ਵੀ ਜੇਲ੍ਹ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਇਹਨਾਂ ਨੂੰ ਜਿਹੜੀ ਦੇਖੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਕਿ ਹੁਣ ਤਫਤੀਸ਼ ਜਦੋਂ ਕਰਾਂਗੇ ਕਿਉਂਕਿ ਅਸੀਂ ਇਹਦੇ ਵਿੱਚ ਮੰਨ ਕੇ ਚੱਲ ਰਹੇ ਹਾਂ ਕਿ ਜੇਲ੍ਹ ਅਫੀਸ਼ਲਸ ਦੀ ਡਿਲੀਜੈਂਸ ਵੀ ਆ ਔਰ ਕਰਾਈਮੈਂਸ ਵੀ ਆ ਸੋ ਜਦੋਂ ਹੁਣ ਇਹਨਾਂ ਦੀ ਪੁੱਛਗਿੱਛ ਕਰਾਂਗੇ ਹੁਣ ਅਸੀਂ ਜੇਲ੍ਹ ਅਫੀਸ਼ਲਸ ਨੂੰ ਵੀ ਅਰੈਸਟ ਕੀਤਾ ਹੈ 5 ਜੇਲ੍ਹ ਅਫੀਸ਼ਲਸ ਨੂੰ ਅਰੈਸਟ ਕੀਤਾ ਹੈ ਗੈਂਗਸਟਰਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਬਕਾਇਦਾ ਕੋਰਟ ਤੋਂ ਪਰਮਿਸ਼ਨ ਲੈ ਕੇ ਉਹਨਾਂ ਨੂੰ ਲਿਆਂਦਾ ਜਾਊਗਾ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਚੱਲ ਰਹੀਆਂ ਅੱਛਾ ਕੰਮ ਕੀਤਾ ਲੇਕਿਨ ਅਜਨਾਲਾ ਮੇ ਜੋ ਇੰਸੀਡੈਂਟ ਹੋਇਆ ਅਭੀ ਤੱਕ FIR ਨਹੀਂ ਹੋਈ ਨਹੀਂ ਅਭੀ ਆਜ ਆਜ ਕਾ ਜੋ ਮੇਨ G20 ਦਾ ਕੋਈ ਇਦਾਂ ਦਾ ਨਹੀਂ ਹੈਗਾ ਕੋਈ ਇਹ ਜੀ ਅਫੀਸ਼ੀਅਲ ਨਿਊਜ਼ ਨਹੀਂ ਹੈਗੀ G20 ਜਿਹੜੀ ਆ ਹੋ ਰਹੀ ਅੰਮ੍ਰਿਤਸਰ ਦੇ ਵਿੱਚ ਪੰਜਾਬ ਪੁਲਿਸ ਪੂਰੀ ਤਰ੍ਹਾਂ ਕੈਪੇਬਲ ਆ ਅਸੀਂ ਪੂਰੀ ਤਰ੍ਹਾਂ ਗੀਅਰਡ ਆਪਾਂ ਸਿਕਿਉਰਿਟੀ ਪ੍ਰੋਵਾਈਡ ਕਰਨ ਵਾਸਤੇ ਔਰ ਉਹ ਜਿਹੜੀ ਖਬਰ ਜਿਹੜੀ ਚੱਲੀ ਸੀਗੀ ਉਹ ਖਬਰ ਦੀ ਕੋਈ ਸਰਟਨਟੀ ਨਹੀਂ ਹੈਗੀ ਹੁਣ ਆ ਵੀ ਚੁੱਕਿਆ ਹੈ ਆਲਰੇਡੀ ਕਨਫਰਮ ਹੋ ਗਿਆ ਕਿ G20 ਅੰਮ੍ਰਿਤਸਰ ਦੇ ਵਿੱਚ ਹੋ ਰਹੀ ਹੈ ਔਰ ਉਹਦੇ ਵਿੱਚ ਪੁਲਿਸ ਪੂਰੀ ਤਰ੍ਹਾਂ ਪੰਜਾਬ ਗਵਰਨਮੈਂਟ ਪੰਜਾਬ ਪੁਲਿਸ ਪੂਰੀ ਤਰ੍ਹਾਂ ਕੈਪੇਬਲ ਆ ਅਸੀਂ ਪੂਰੀ ਤਿਆਰੀ ਕੀਤੀ ਹੋਈ ਔਰ ਵਧੀਆ ਸਿਕਿਉਰਿਟੀ ਸਰ ਸਿੱਧੂ ਮੂਸੇਵਾਲੇ ਦੇ ਫਾਦਰ ਮਦਰ ਨੂੰ ਦੁਬਾਰਾ ਤੋਂ ਧਮਕੀ ਆਈ ਉਹਨੂੰ ਲੈ ਕੇ ਪੁਲਿਸ ਦੀ ਇਨਵੈਸਟੀਗੇਸ਼ਨ 'ਚ ਕੁਝ ਨਿਕਲ ਕੇ ਸਾਹਮਣੇ ਆਇਆ ਸਰ ਈਮੇਲ ਥਰੂ ਜਿਹੜੀ ਧਮਕੀ ਆਈ ਦੇਖੋ ਉਹਦੇ ਤੇ ਕਿਉਂਕਿ ਪਰਟੀਕੁਲਰ ਕੇਸ ਦੇ ਉੱਤੇ ਨਹੀਂ ਮੈਂ ਟਿੱਪਣੀ ਕਰ ਪਾਉਂਗਾ ਕੋਈ ਫਰਦਰ ਡਿਟੇਲ ਲੈ ਕੇ ਆਪਾਂ ਕੱਲ ਸ਼ਾਇਦ ਦੁਬਾਰਾ ਮਿਲਾਂਗੇ ਉਹ ਗੱਲ ਕੀਤੀ ਸਰ ਇੱਕ ਸਵਾਲ ਹੈਗਾ ਕਿਉਂਕਿ ਜਦ ਸਿੱਧੂ ਮੂਸੇਵਾਲੇ ਨੂੰ ਮਾਰੇ ਸੀ ਤਾਂ ਵੀ ਅਜਿਹੀ ਵੀਡੀਓ ਬਾਅਦ 'ਚ ਸਾਹਮਣੇ ਆਈ ਸੀਗੀ ਜਸ਼ਨ ਮਨਾਉਂਦੇ ਨਜ਼ਰ ਆਏ ਸੀ ਹੁਣ ਇਹ ਆਪਣੇ ਹੀ ਦੋਸਤ ਜੱਗੂ ਭਗਵਾਨ ਪੂਰੀਆ ਦੇ ਗੁਰਗੇ ਨੂੰ ਮਾਰਦੇ ਉੱਥੇ ਇੱਕ ਵਾਰ ਫਿਰ ਜਸ਼ਨ ਮਨਾਉਂਦੇ ਨਜ਼ਰ ਆਉਂਦੇ ਲੇਕਿਨ ਇਸ ਵਾਰ ਗੱਲ ਇਹ ਹੈ ਬਾਹਰ ਸੀਗੇ ਹੁਣ ਜੇਲ੍ਹ ਦੇ ਵਿਚਕਾਰ ਉਹੀ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਿਆ ਕਿ ਜਿਹੜਾ ਕਿਉਂਕਿ ਇੰਸੀਡੈਂਟ ਜਿਹੜਾ ਮੰਨ ਭਾਗਾ ਜੋ ਅੰਦਰ ਹੋਇਆ ਔਰ ਇਹਦੇ ਵਿੱਚ ਤਾਂ ਅਸੀਂ ਇਹ ਕਹਿ ਹੀ ਰਹੇ ਹਾਂ ਕਿ ਜਿਹੜੇ ਅਫੀਸ਼ਲਸ ਦੀ ਗਲਤੀ ਆ ਅਸਤਾ ਉਹਨਾਂ ਦੇ ਖਿਲਾਫ਼ ਇਸ ਤੋਂ ਸਖ਼ਤ ਕਾਰਵਾਈ ਨਹੀਂ ਹੋ ਸਕਦੀ ਹੈ ਮੁਅੱਤਲ ਕਰਨਾ ਮੁਅੱਤਲ ਕਰਕੇ FIR 'ਚ ਨੋਮੀਨੇਟ ਕਰਕੇ ਉਹਨਾਂ ਨੂੰ ਅਰੈਸਟ ਕਰਨਾ ਸੋ ਇੱਕ ਲੈਸਨ ਫਿਊਚਰ ਵਾਸਤੇ ਅੱਗੇ ਤੋਂ ਕੋਈ ਵੀ ਮਤਲਬ ਨਿਹੰਗ ਨੂੰ ਜਦੋਂ ਮਾਰਿਆ ਗਿਆ ਸੀ ਜੇਲ੍ਹ ਦੇ ਵਿੱਚ ਕੀ ਉਹਨਾਂ ਦੇ ਤਾਂ ਵੀ ਜਿਹੜੇ ਸਟਾਫ ਸੀਗੇ FIR ਹੋਈ ਆ ਜਾਂ ਪਹਿਲਾ ਕੇਸ ਹੀ ਆ ਜਿਹੜਾ FIR ਤੁਸੀਂ ਜਿਹੜੇ ਸੀਗੇ ਬਾਰੇ ਮੈਨੂੰ ਇੰਨਾ ਰਿਕਾਲ ਨਹੀਂ ਮੈਂ ਕਰ ਪਾ ਰਿਹਾ ਕਿਉਂਕਿ ਬਹੁਤ ਪੁਰਾਣੇ ਕੇਸ ਸੀਗੇ ਪਰ ਉਹਦੇ 'ਚ ਵੀ ਜਿਹੜੇ ਜਿਹੜੇ ਬੰਦਿਆਂ ਨੇ ਕੀਤਾ ਸੀਗਾ ਉਹ ਸਾਰੇ ਅਰੈਸਟਡ ਹੋਏ ਸੀਗੇ ਜੇਲ੍ਹ ਅਫੀਸ਼ਲਸ ਤੇ ਵੀ ਕਾਰਵਾਈ ਹੋਈ ਸੀ ਉਹ ਤਾਂ ਰਿਕਾਰਡ ਦਾ ਇੱਕ ਵਿਸ਼ਾ ਹੈ ਹੁਣ ਕਿ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਦੇ ਵਿਚਕਾਰ ਜੋ ਹੈ ਗੈਂਗਵਾਰ ਜੋ ਹੈ
ਉਹ ਹੋ ਸਕਦੀ ਹੈ, ਉਸਨੂੰ ਲੈ ਕੇ ਪੁਲਿਸ ਦੇ ਉਹ ਅਸੀਂ ਪੂਰੀ ਤਰ੍ਹਾਂ ਸਤਰਕ ਕਰਕੇ ਉਸ ਚੀਜ਼ ਨੂੰ ਲੈ ਕੇ, ਜਿੱਦਾਂ ਮੈਂ ਜੇਲ੍ਹ ਦੇ ਅੰਦਰ ਤੁਹਾਨੂੰ ਦੱਸਿਆ ਕਿ ਜਦੋਂ ਇਹ ਗੱਲ ਸਾਹਮਣੇ ਆਈ ਸਾਰਿਆਂ ਨੂੰ ਸੈਗਰੀਗੇਟ ਕਰ ਦਿੱਤਾ, ਜੇਲ੍ਹ ਜਿਹੜੀਆਂ ਸਾਰਿਆਂ ਦੀਆਂ ਸ਼ਿਫਟ ਕਰ ਦਿੱਤੀਆਂ ਗਈਆਂ ਅਲੱਗ ਅਲੱਗ ਜਗ੍ਹਾ 'ਤੇ ਕਰ ਦਿੱਤਾ। ਸਿਮੀਲਰਲੀ ਜੇਲ੍ਹ ਤੋਂ ਬਾਹਰ ਮਤਲਬ ਨੋਰਮਲ ਆਪਾਂ ਗੱਲ ਜਦੋਂ ਕਰਦੇ ਹਾਂ ਉੱਥੇ ਵੀ ਜਿਹੜੀ ਏ ਜੀ ਟੀ ਐਫ ਆ ਸਾਡੀ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਆ ਉਹਨਾਂ ਦੀ ਜਾਣਕਾਰੀ ਚਾਹੀਏ ਚੀਜ਼ ਔਰ ਇਹ ਚੀਜ਼ ਦੇ ਉੱਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਔਰ ਜਿੱਥੇ ਕੋਈ ਕੋਈ ਵੀ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਊਗੀ ਜੋ ਪ੍ਰੀਐਮਪਟਿਵ ਐਕਸ਼ਨ ਲੈਣਾ ਪਏਗਾ। ਲੇਕਿਨ ਨਾਲ ਦੇ ਨਾਲ ਮੋਬਾਈਲ ਦਾ ਜਿਹੜਾ ਯੂਜ਼ ਹੈ ਚਾਹੇ ਉਹ ਇੰਟਰਨੈਟ ਕਾਲਿੰਗ ਹੋਵੇ ਜਿੱਦਾਂ ਹੁਣ ਵੀਡੀਓ ਵੀ ਵਾਇਰਲ ਹੋਇਆ ਤਾਂ ਇਹਨੂੰ ਲੈ ਕੇ ਵੀ ਬਾਰ ਬਾਰ ਇਹੀ ਗੱਲ ਪਹਿਲਾਂ ਵੀ ਕਰਦੇ ਰਹੇ ਹਾਂ ਜੇਲ੍ਹ ਦੇ ਵਿੱਚ ਦੇਖੋ ਰੈਗੂਲਰ ਸਰਪ੍ਰਾਈਜ਼ ਚੈਕਿੰਗ ਹੁੰਦੀਆਂ ਨੇ ਜਿਹਦੇ ਵਿੱਚ ਜ਼ਿਲ੍ਹਾ ਪੁਲਿਸ ਜਿਹੜੀ ਹੈ ਸਰਪ੍ਰਾਈਜ਼ ਚੈਕਿੰਗ ਵੀ ਕਰਦੀ ਆ, ਐਂਟਰੀ ਕਰਨ ਵੇਲੇ ਵੀ ਜਦੋਂ ਆ ਪ੍ਰੋਪਰ ਚੈਕਿੰਗ ਹੁੰਦੀ ਆ। ਕਈ ਥਾਵਾਂ ਦੇ ਉੱਤੇ ਇੱਦਾਂ ਦੀਆਂ ਚੀਜ਼ਾਂ ਦੇਖੀਆਂ ਗਈਆਂ ਕਿ ਕਈ ਵਾਰੀ ਜੇਲ੍ਹ ਦੀ ਜਿਹੜੀ ਕੰਧ ਦੇ ਉੱਤੋਂ ਦੀ ਜਿਹਨੂੰ ਫਿੰਕਾ ਕਹਿ ਦਿੰਦੇ ਆ ਨੋਰਮਲੀ, ਉਹੀ ਇੰਸੀਡੈਂਟਸ ਵੀ ਦੇਖੇ ਗਏ ਆ। ਸੋ ਉਹ ਚੀਜ਼ ਜਿਹੜੀ ਹੈ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਹੀ ਹੁਣ ਇਹਨੂੰ ਹੋਰ ਜਿਵੇਂ ਸਰਪ੍ਰਾਈਜ਼ ਚੈਕਿੰਗ ਹੋਰ ਵਧਾਈਆਂ ਜਾਣਗੀਆਂ ਕਿ ਆਲ ਆਫ ਏ ਸਡਨ ਜਿਸ ਤਰ੍ਹਾਂ ਜ਼ਿਲ੍ਹਾ ਪੁਲਿਸ ਜਾਵੇ 200-400 ਬੰਦੇ ਲੈ ਕੇ ਈਵਨ ਐਸ ਐਸ ਪੀ ਲੈਵਲ ਤੇ ਸੀ ਪੀ ਲੈਵਲ ਤੇ ਵੀ ਇਸ ਚੀਜ਼ ਨੂੰ ਹੋਰ ਅਸੀਂ ਵਧਾਵਾਂਗੇ ਕਿ ਫਿਊਚਰ ਦੇ ਵਿੱਚ ਵੀ ਚੈਕਿੰਗ ਵੀ ਸਟ੍ਰਿੰਜੈਂਟ ਕੀਤੀ ਜਾਵੇ ਪਲੱਸ ਸਰਪ੍ਰਾਈਜ਼ ਚੈਕਿੰਗ ਗੇਮ ਦੀਆਂ ਜਿਹੜੀਆਂ ਉਹਨਾਂ ਨੂੰ ਹੋਰ ਵਧਾਇਆ ਜਾਵੇ। ਉਹ ਰੋਡਸ ਇਹਨਾਂ ਨੇ ਯੂਜ਼ ਕੀਤੀਆਂ ਔਰ ਜਿਹੜੀਆਂ ਆਪਾਂ ਪੱਤਰੀਆਂ ਜਿਹਨੂੰ ਆਪਾਂ ਕਹਿੰਦੇ ਹਾਂ ਜੀ ਲੋਹੇ ਦੀਆਂ ਪੱਤਰੀਆਂ ਜਿਹੜੀਆਂ ਕਿਉਂਕਿ ਉਹ ਅੰਦਰ ਹੀ ਲੱਗੀਆਂ ਹੁੰਦੀਆਂ ਉਹ ਪੱਤਰੀਆਂ ਯੂਜ਼ ਕੀਤੀਆਂ ਇਹਨਾਂ ਨੇ ਰੋਡਸ ਯੂਜ਼ ਕੀਤੀ। ਸਰ ਜਿਹੜੀ ਗੋਲਡੀ ਬ੍ਰਾਂਡ ਨੇ ਪੋਸਟ ਪਾਈ ਸੀ ਉਸ ਨੂੰ ਪੰਜਾਬ ਪੁਲਿਸ ਫੇਕ ਦੱਸਦੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਐਫ ਆਈ ਆਰ ਦਰਜ ਹੁੰਦੀ ਹੈ ਇਹ ਚੀਜ਼ ਗੱਲਾਂ ਜਿਹੜੀਆਂ ਉਸ ਪੋਸਟ ਦੇ ਵਿੱਚ ਹੁੰਦੀਆਂ ਨੇ ਉਸੇ ਐਫ ਆਈ ਆਰ ਦੇ ਵਿੱਚ ਦਰਜ ਹੁੰਦੀਆਂ ਨੇ। ਉਸ ਤਰ੍ਹਾਂ ਦੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਗੋਲਡੀ ਬ੍ਰਾਂਡ ਨੇ ਪਾਈ ਸੀਗੀ ਜੇ ਐਫ ਆਈ ਆਰ ਚੋਂ ਆਇਆ ਤੇ ਉਹ ਐਫ ਆਈ ਆਰ ਦਾ ਪਾਰਟ ਇਜ਼ ਫਸਟ ਇਨਫੋਰਮੇਸ਼ਨ ਰਿਪੋਰਟ। ਉਹਦੀ ਅਥੈਂਟਿਸਿਟੀ ਕਿ ਉਹ ਫੇਕ ਆ ਠੀਕ ਆ ਉਹ ਇਨਵੈਸਟੀਗੇਸ਼ਨ ਤੇ ਚੈੱਕ ਹੁੰਦੀ ਹੈ। ਲੇਕਿਨ ਹੁਣ ਸਰ ਜਿਹੜੀ ਵੀਡੀਓ ਆਈ ਹੈ ਸਾਹਮਣੇ ਉਹ ਕਿਤੇ ਨਾ ਕਿਤੇ ਹੁਣ ਤਾਂ ਮੈਚ ਕਰ ਰਹੀ ਹੈ ਜਿਹੜੇ ਨਾਂ ਆਉਂਦੇ ਗੋਲਡੀ ਬ੍ਰਾਂਡ ਨੇ ਫੇਸ ਵੀ ਪੋਸਟ ਤੇ ਪਾਏ ਸੀ ਸਚਿਨ ਬੇਵਾਨੀ ਅੰਕਿਤ ਸਿਰਸਾ ਜਿਹੜੇ ਵੀ ਹੈ ਉਹ ਸਾਰੀ ਵੀਡੀਓ 'ਚ ਦਿਖ ਰਹੇ ਆ। ਦੇਖੋ ਜਿਹੜੀ ਅੱਜ ਵੀਡੀਓ ਵਾਇਰਲ ਹੋਈ ਆ ਉਹਦੇ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਐਫ ਆਈ ਆਰ ਅਸੀਂ ਦਰਜ ਕਰ ਦਿੱਤੀ ਹੈ 302 ਦੀ ਐਫ ਆਈ ਆਰ 89 ਨੰਬਰ ਪਹਿਲਾਂ ਵੀ ਦਰਜ ਹੈ ਜਿਹੜੀ 27 ਤਰੀਕ ਨੂੰ ਦਰਜ ਹੋਈ ਸੀ। ਸੋ ਦੋਨਾਂ ਕੇਸਾਂ ਦੇ ਵਿੱਚ ਹੀ ਜਿਹੜੇ ਅਕਿਊਜ਼ਡ ਨੇ ਇਹਦੇ ਵਿੱਚ ਜਿਹੜੇ ਨੋਮੀਨੇਟ ਕੀਤੇ ਗਏ ਆ ਉਹ ਸਾਰਿਆਂ ਨੂੰ ਹੁਣ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਵਾਂਗੇ। ਉਹਦੇ 'ਚ ਫਰਦਰ ਜਿਹੜੀ ਆ ਜੋ ਇਨਵੈਸਟੀਗੇਸ਼ਨ 'ਚ ਸਾਰੇ ਤੱਤ ਸਾਹਮਣੇ ਆ ਜਾਣਗੇ। ਪਰ ਸਰ ਗੱਲ ਵੱਡੀ ਆ ਨਾ ਪੁਲਿਸ ਨੇ ਤਾਂ ਦੇਖੋ ਪੋਸਟ ਪਾਈ ਕਿ ਇਹ ਫਾਲਸ ਹੈ ਫੈਕਟ ਸਾਰੇ ਹੀ ਸੇਮ ਹੋ ਬਿਲਕੁਲ ਕਿਉਂ ਉਹਨੂੰ ਕੈਨੇਡਾ ਤੇ ਬੈਠੇ ਨੂੰ ਸਾਰਾ ਪਤਾ ਲੱਗ ਗਿਆ। ਇਨਵੈਸਟੀਗੇਸ਼ਨ ਦਾ ਟਾਈਮ ਚੇਂਜ ਹੈ ਜੀ, ਇਨਵੈਸਟੀਗੇਸ਼ਨ ਤੋਂ ਬਾਅਦ ਹੀ ਹੁਣ ਪਤਾ ਚੱਲੇਗਾ ਕਿ ਉਹਦੀ ਅਥੈਂਟਿਸਿਟੀ ਕੀ ਹੈ ਉਸ ਚੀਜ਼। ਸਰ ਕੀ ਅਜੇ ਵੀਡੀਓਜ਼ ਬਣਾਏਗੀ ਕਿ ਇਹ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਲੋਲੈਸ ਜਾਂ ਗੋਲਡੀ ਤੱਕ ਪਹੁੰਚੇ? ਨਹੀਂ ਇਹ ਚੀਜ਼ਾਂ ਦੇ ਜਦੋਂ ਕਦੇ ਦੇਖੋ 6 ਐਕਟ ਜਿਹੜਾ ਹੁੰਦਾ ਉਹ ਇਹੀ ਹੁੰਦਾ ਹੈ ਕਿ ਉਹ ਇਨਫੋਰਮੇਸ਼ਨ ਟੈਕਨੋਲੋਜੀ ਜਿਹੜੀ ਹੁੰਦੀ ਹੈ ਕਾਨੂੰਨ ਦੀ ਵਾਇਲੇਸ਼ਨ ਜਿਹੜੀ ਕੀਤੀ ਹੈ ਉਹ ਹੁਣ ਇਨਵੈਸਟੀਗੇਸ਼ਨ 'ਚ ਪਤਾ ਲੱਗੇਗਾ ਕਿ ਉਹ ਵੀਡੀਓ ਦੇਖੋ ਜਿਹੜਾ ਮੋਬਾਈਲ ਸੀਗਾ ਅਜੇ ਇਹ ਵੀ ਨਹੀਂ ਪਤਾ ਹੋ ਸਕਦਾ ਉਹ ਉਸ ਤੋਂ ਬਾਅਦ ਡਿਸਟਰੋਏ ਕਰਕੇ ਉੱਥੋਂ ਰਿਕਵਰ ਹੋ ਗਿਆ ਹੋਵੇ ਪਰ ਉਹ ਵੀਡੀਓ ਕਿੱਦਾਂ ਵਾਇਰਲ ਹੋਈ ਉਹ ਸਾਰਾ ਹੁਣ ਇਨਵੈਸਟੀਗੇਸ਼ਨ 'ਚ ਹੀ ਪਤਾ ਲੱਗੂਗਾ ਕਿੰਨੀ ਜੇ ਉਸੇ ਦਿਨ ਹੋਈ ਆ ਕਿਤੋਂ ਪਹਿਲਾਂ ਗਈ ਕਿੱਥੋਂ ਸੋਸ਼ਲ ਮੀਡੀਆ 'ਤੇ ਆਈ ਦੈਟ ਇਜ਼ ਆਲ ਪਾਰਟ ਆਫ ਇਨਵੈਸਟੀਗੇਸ਼ਨ। ਜਦੋਂ ਤਫਤੀਸ਼ ਹੋਏਗੀ ਉਦੋਂ ਕੜੀ ਜਿਹੜੀ ਆ ਚੇਨ ਜਿਹੜੀ ਆ ਉਦੋਂ ਇਸਟੈਬਲਿਸ਼ ਹੋਏਗੀ। ਸਰ ਇੱਕ ਪਾਸੇ ਮੁੱਖ ਮੰਤਰੀ ਪੰਜਾਬ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਦੇ ਨੇ ਫੋਰਸ ਮੰਗੀ ਜਾਂਦੀ ਹੈ ਖਾਸ ਤੌਰ 'ਤੇ
ਕਿ ਲੱਗਦਾ ਸਿੱਧੂ ਮੂਸੇਵਾਲੇ ਦੇ ਡੈਡੀ ਵੀ ਇਸ ਤਰ੍ਹਾਂ ਕਹਿੰਦੇ ਨਜ਼ਰ ਆ ਰਹੇ ਨੇ ਕਿ ਪੰਜਾਬ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਗੈਂਗਸਟਰ ਟਿੱਚ ਸਮਝ ਰਹੇ? ਦੇਖੋ ਜੀ, ਫੋਰਸ ਮੰਗਣ ਦੀ ਜਿੱਥੋਂ ਤੱਕ ਗੱਲ ਹੈ, ਹਮੇਸ਼ਾ ਹੀ ਆ, ਹਰ ਵਾਰੀ ਜਦੋਂ ਕੋਈ ਵੱਡਾ ਤਿਉਹਾਰ ਹੁੰਦਾ ਵਾ, ਜਦੋਂ ਕੋਈ ਵੱਡਾ ਈਵੈਂਟ ਹੁੰਦਾ ਵਾ, ਜਿੱਦਾਂ 15 ਅਗਸਤ, 26 ਜਨਵਰੀ ਹੋ ਗਈ, G20 ਦਾ ਸੰਮੇਲਨ ਹੋ ਰਿਹਾ ਵਾ, ਹਰ ਵਾਰੀ ਜਿਹੜੀ ਆ ਫੋਰਸ ਸੈਂਟਰ ਤੋਂ ਪੰਜਾਬ ਪੁਲਿਸ ਮੰਗਦੀ ਆ, ਔਰ ਹਰ ਵਾਰੀ ਆਉਂਦੀ ਹੈ ਫੋਰਸ, ਔਰ ਉਸੇ ਪਰਟੀਕੁਲਰ ਪਰਪਜ਼ ਵਾਸਤੇ ਆਉਂਦੀ ਹੈ। ਸੋ ਫੋਰਸ ਮੰਗਣਾ, ਮੈਨੂੰ ਤੱਥ ਨਹੀਂ ਪਤਾ, ਬਟ ਮੰਗਣਾ ਕੋਈ ਨਵੀਂ ਗੱਲ ਨਹੀਂ ਹੁੰਦੀ, ਫੋਰਸ ਹਮੇਸ਼ਾ ਹੀ ਆਉਂਦੀ ਹੈ। ਤੁਸੀਂ 15 ਅਗਸਤ 26 ਜਨਵਰੀ ਦੇਖ ਲਓ, ਜਦੋਂ ਵੀ ਕੋਈ ਵੱਡੀ ਇਵੈਂਟ ਹੁੰਦੀ ਆ, ਹਮੇਸ਼ਾ ਫੋਰਸ ਆਉਂਦੀ ਹੈ ਪੰਜਾਬ ਦੇ ਵਿੱਚ, ਕਿਉਂਕਿ ਜਿਹੜੀ ਸੈਂਟਰਲਾਈਜ਼ਡ ਫੋਰਸਿਸ ਆ, ਉਹ ਬਣੀਆਂ ਹੀ ਸਟੇਟ ਨੂੰ ਅਸਿਸਟੈਂਸ ਦੇਣ ਵਾਸਤੇ ਹਰ ਤਰ੍ਹਾਂ ਦਾ, ਉਹ ਮੰਗਣ ਚ ਤਾਂ ਕੋਈ ਹਰਜ ਨਹੀਂ। ਕਿ ਇਸ ਤਰ੍ਹਾਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ, ਕਿ ਪੰਜਾਬ ਪੁਲਿਸ ਦਾ ਡਰ ਨਹੀਂ ਬੈਠ ਰਿਹਾ ਉਹਨਾਂ ਦੇ ਗੈਂਗਸਟਰਾਂ ਦੇ ਵਿੱਚ, ਕਿਉਂਕਿ ਜਿਹੜੇ ਇੰਸੀਡੈਂਟ ਸਾਰਸਾ ਵੀ ਇੰਸੀਡੈਂਟ ਹਮੇਸ਼ਾ ਹੁੰਦੇ ਰਹੇ ਆ, ਬਟ ਹੁਣ ਅੱਜ ਦੀ ਡੇਟ ਦੇ ਵਿੱਚ ਜਿੱਦੀ ਨਕੇਲ ਗੈਂਗਸਟਰ ਦੇ ਉੱਤੇ ਅੱਜ ਦੇ ਡੇਟ ਚ ਕੱਸੀ ਗਈ ਆ, ਕਿੰਨੇ ਤੁਸੀਂ ਦੇਖੋ ਕਿੰਨੀਆਂ ਅਚੀਵਮੈਂਟਸ ਪੰਜਾਬ ਪੁਲਿਸ ਤੇ ਹੈਗੀਆਂ, 560 ਤੋਂ ਉੱਪਰ ਜਿਹੜੇ ਗੈਂਗਸਟਰ ਆ ਉਹ ਪਿਛਲੇ ਕਰੀਬ 10 ਮਹੀਨੇ ਚ ਫੜੇ ਗਏ ਆ, 150 ਤੋਂ ਉੱਪਰ ਮਿਲੋ 156 ਜਿਹੜੇ ਗੈਂਗਸਟਰ ਦੇ ਮੋਡਿਊਲਸ ਆ ਉਹ ਬਸਟ ਕੀਤੇ ਗਏ ਆ, ਭਾਰੀ ਮਾਤਰਾ ਦੇ ਵਿੱਚ ਜਿਹੜਾ ਅਸਲਾ ਫੜਿਆ ਗਿਆ ਵਾ, ਗੈਂਗਸਟਰ ਜਿਹੜੇ ਆ ਇੰਨੇ ਹਾਈ ਜਿਹੜੇ ਸੈਂਸੇਸ਼ਨਲ ਕੇਸਿਸ ਦੇ ਵਿੱਚ ਗੈਂਗਸਟਰ ਇਨਵੋਲਵ ਸੀਗੇ ਉਹ ਨਿਊਟਰਲਾਈਜ਼ ਹੋਏ ਆ ਐਨਕਾਊਂਟਰਸ ਦੇ ਵਿੱਚ। ਸੋ ਜਿੰਨੀ ਸਖਤੀ ਇਸ ਸਮੇਂ ਦੇ ਵਿੱਚ ਹੋਈ ਆ, ਉਨੀ ਸਖਤੀ ਤਾਂ ਸ਼ਾਇਦ ਗੋਂਦਵਾਲ ਜੇਲ੍ਹ ਦੇ ਵਿੱਚ ਹੋਇਆ ਜੇ ਉੱਥੇ ਜਿੰਦੀ ਜ਼ਿਆਦਾ ਤੌਰ ਤੇ ਆਪਣੇ ਨਹੀਂ ਉਹ ਸ਼ੇਅਰ ਨਹੀਂ ਕਰ ਸਕਦੇ। ਦੇਖੋ ਗੋਇੰਦਵਾਲ ਜੇਲ੍ਹ ਦੇ ਅੰਦਰ ਕਿਸ ਤਰ੍ਹਾਂ ਦੀ ਫੋਰਸ ਤੈਨਾਤ ਆ, ਕਿਹੜੀ ਕਿਹੜੀ ਫੋਰਸ ਤੈਨਾਤ ਆ, ਇਹ ਚੀਜ਼ ਇੱਕ ਸਿਕਿਉਰਿਟੀ ਦਾ ਮਸਲਾ ਵਾ, ਇਹ ਚੀਜ਼ਾਂ ਆਪਾਂ ਇਸ ਪਲੇਟਫਾਰਮ ਤੇ ਸ਼ੇਅਰ ਨਹੀਂ ਕਰ ਸਕਦੇ। ਬਟ ਉੱਥੇ ਜਿਹੜਾ ਵੀਡੀਓ ਦਿਖ ਰਿਹਾ ਸਰ, ਉਸਦੇ ਵਿੱਚ ਜਿਹੜੇ ਸਿਕਿਉਰਿਟੀ ਵਾਲੇ ਆ ਰਹੇ, ਤਾਂ ਇੱਦਾਂ ਲੱਗ ਰਿਹਾ ਜਿੱਦਾਂ ਸਰੈਂਡਰ ਕਰਤਾ ਉਹਨਾਂ ਨੇ। ਨਹੀਂ, ਦੇਖੋ ਦੋ ਸਿਕਿਉਰਿਟੀ ਵਾਲੇ ਵਿੱਚ ਨਜ਼ਰ ਆ ਰਹੇ ਸੀ, ਉਹ ਦੋਨਾਂ ਨੂੰ ਕਦੇ ਹੀ ਆਪਾਂ ਉਹ ਦੋਨੇ ਮੁਅੱਤਲ ਕੀਤੇ ਗਏ, ਉਹਨਾਂ ਦੋਨਾਂ ਨੂੰ ਅਰੈਸਟ ਵੀ ਕੀਤਾ ਗਿਆ। ਉਹਨਾਂ ਦੀ ਤਾਂ ਆਪਾਂ ਮੰਨ ਹੀ ਰਹੇ ਸੀ, ਐਸਟੈਬਲਿਸ਼ ਕੀਤਾ ਹੈ ਕਿ ਉਹਨਾਂ ਦੀ ਮਲਾਇਕੀ ਹੈਗੀ ਇਹਦੇ ਵਿੱਚ। ਪਰ ਹੋਰ ਕੋਈ ਸਿਕਿਉਰਿਟੀ ਆਉਂਦੀ ਦਿਖ ਰਹੀ ਹੈ ਸਰ ਉਸ ਵੀਡੀਓ ਦੇ ਵਿੱਚ? ਹਾਂਜੀ, ਹੋਰ ਕੋਈ ਸਿਕਿਉਰਿਟੀ ਆਉਂਦੀ ਦਿਖ ਨਹੀਂ ਰਹੀ। ਨਹੀਂ, ਉਹ ਵੀਡੀਓ ਬਹੁਤ ਬਹੁਤ ਕੁਛ ਸੈਕਿੰਡਸ ਦੀ ਵੀਡੀਓ ਹੈ ਨਾ ਜੀ, ਉਹ ਤੁਰੰਤ ਬਣਾਈ ਆ, ਨਾਲ ਦੀ ਨਾਲ ਮੇਰੀ ਜਦੋਂ ਫੋਰਸ ਆ ਗਈ ਆ ਉਦੋਂ ਬੰਦ ਕਰ ਦਿੱਤੀ ਗਈ ਹੈ। ਸੋ ਉਹ ਵੀਡੀਓ ਤਾਂ ਬਹੁਤ ਸ਼ਾਰਟ ਵੀਡੀਓ, ਬਹੁਤ ਫਿਊ ਸੈਕਿੰਡਸ ਦੀ ਵੀਡੀਓ। ਵੀਡੀਓ ਵਾਇਰਲ ਹੋਣ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਮੁਅੱਤਲ ਕੀਤਾ ਗਿਆ, ਉਹਨਾਂ ਨੇ ਬਿਆਨ ਦਰਜ ਕਰਵਾਏ ਸੀ, ਇੱਦਾਂ ਦਾ ਹੋਇਆ? ਸਾਰਾ ਤਫਤੀਸ਼ ਦਾ ਵਿਸ਼ਾ ਸਰ ਜੀ, ਇਹ ਅਜੇ ਇਹਨਾਂ ਹਰ ਚੀਜ਼ ਮਾਈਨਿਊਟ ਚੀਜ਼ ਨਹੀਂ ਡਿਸਕਲੋਜ਼ ਕਰ ਸਕਦੇ। ਬੱਚਾ ਨੈਚੁਰਲੀ ਜਿਹੜਾ ਵਿਜੇ ਕੁਮਾਰ ਆ ਉਹਦੇ ਬਿਆਨਾਂ ਤੇ ਹੀ ਬੱਚਾ ਬਣਿਆ ਸੀਗਾ, ਬਟ ਹੁਣ ਮਾਈਨਿਊਟ ਡਿਟੇਲਸ ਜਿਹੜੀਆਂ ਨੇ ਉਹ ਤਫਤੀਸ਼ ਦੇ ਦੌਰਾਨ ਹੀ ਸਾਹਮਣੇ ਆਉਣਗੇ। ਠੀਕ ਹੈ ਸਰ। ਇੱਕ ਸਰ, ਡਰੋਨ ਕੋ ਲੈ ਕੇ ਜੋ ਕੋਈ ਪਾਲਿਸੀ ਬਣਾਈ ਹੈ ਸਰਹੱਦੀ ਇਲਾਕੋ ਕੋ ਲੈ ਕੇ, ਹੋ ਸਕਿਆ? ਨਹੀਂ, ਡਰੋਨ ਕੀ ਐਸ ਸੱਚ ਕੋਈ ਅਲੱਗ ਸੇ ਪਾਲਿਸੀ ਨਹੀਂ ਹੈ, ਡਰੋਨ ਕੀ ਜੋ ਪਾਲਿਸੀ ਹੈ ਉਹ ਸੈਂਟਰਲ ਗਵਰਨਮੈਂਟ ਕੀ ਹੀ ਪਾਲਿਸੀ ਹੁੰਦੀ ਹੈ, ਲੇਕਿਨ ਉਸਮੇ ਅਲੱਗ ਅਲੱਗ ਡਿਸਟ੍ਰਿਕਟਸ ਮੇ ਜੋ ਡਿਪਟੀ ਕਮਿਸ਼ਨਰਸ ਹੈ ਜਾਂ ਕਮਿਸ਼ਨਰ ਆਫ ਪੁਲਿਸ ਹੈ, ਉਹ ਆਪਣੀ ਤਰਫ ਸੇ ਆਰਡਰਸ ਪਾਸ ਕਰ ਸਕਤੇ ਹੈ, ਔਰ ਵੋ ਟਾਈਮਿੰਗ ਕੇ ਹਿਸਾਬ ਸੇ ਕਈ ਵਾਰ ਜੈਸੇ 15 ਅਗਸਤ ਹੈ, 26 ਜਨਵਰੀ ਹੈ, ਜਾਂ ਕੋਈ ਮੇਜਰ ਈਵੈਂਟ ਆ ਰਹੀ ਹੈ, ਤਾਂ ਉਸਮੇ ਵੋ ਆਰਡਰਸ ਪਾਸ ਕਰਤੇ ਹੈ ਕਿ ਕਿਆ ਕਿਆ ਕੰਡੀਸ਼ਨਸ ਵੋ ਰੱਖਤੇ ਹੈ ਉਸਮੇ, ਕਿ ਕਿਸ ਤਰ੍ਹਾਂ ਸੇ ਕੌਨ ਸੇ ਏਰੀਏ ਮੇ ਪ੍ਰੋਹਿਬਿਟਡ ਹੈ, ਅਗਰ ਕਿਸੀ ਨੇ ਡਰੋਨ ਚਲਾਨਾ ਹੈ ਤੋ ਕੌਨ ਸੀ ਪਰਮਿਸ਼ਨ ਚਾਹੀਏ। ਸੋ ਦੈਟ ਇਜ਼ ਆਲਵੇਜ਼ ਡਿਸਟ੍ਰਿਕਟ ਸਪੈਸਿਫਿਕ ਪਾਲਿਸੀ ਹੈ, ਦੈਟ ਇਜ਼ ਸਟਿਲ ਇਨ ਦੀ ਪਾਈਪਲਾਈਨ, ਉਹ ਇੱਕ ਸੈਂਟਰਲ ਗਵਰਨਮੈਂਟ ਕੀ ਪਾਲਿਸੀ ਹੈ, ਉਹ ਅਭੀ ਪਾਈਪਲਾਈਨ ਮੇ ਹੈ, ਫਾਈਨਲਾਈਜ਼ ਨਹੀਂ ਹੋਈ ਅਭੀ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ ਟੀਵੀ, ਔਰ ਬੈਲ ਆਈਕਨ ਦਬਾਨਾ ਨਾ ਭੁਲੇਂ।